ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ। ਅੱਜ ਅਸੀਂ ਤੁਹਾਨੂੰ 11ਵੇਂ ਪਾਠ ਦੇ ਵਿੱਚ ਜਾ ਕੇ ਬਾਜੂ ਬਣੀ ਹੋਈ ਬਾਜੂ ਦਾ ਮੋਢਾ ਚੜਨਾ, ਜਿਹੜੀ ਵੀ ਕੋਈ ਵਾਧ ਘਾਟ ਹੁੰਦੀ ਹੈ ਮੋਢੇ ਦੀ, ਆਪਾਂ ਜਦੋਂ ਸਾਈਡ ਸਿਲਾਈ ਪਾ ਲੈਂਦੇ ਹਾਂ ਕਮੀਜ਼ ਦੀ, ਉਹਨੂੰ ਛਾਂਟਣਾ, ਜਾਂ ਮੋਢੇ ਦੀ ਜਿਹੜੀ ਸਿਲਾਈ ਆਪਾਂ ਕਿੰਨੀ ਮੂਹਰੇ ਰੱਖਣੀ ਹੈਗੀ, ਬਾਂਹ ਦੀ ਸਿਲਾਈ ਹੈ ਜਿਹੜੀ, ਜਦੋਂ ਆਪਾਂ ਮੋਢਾ ਚੜਦੇ ਹਾਂ ਵੀ ਫਰੰਟ ਵਾਲੇ ਪਾਸੇ ਕਿੰਨੀ ਮੂਹਰੇ ਰੱਖਣੀ ਹੈ। ਕਈ ਭੈਣਾਂ ਕਹਿੰਦੇ ਵੀ ਸਾਡਾ ਮੋਢਾ ਜੜੇ ਤੋਂ ਮਗਰੋਂ ਵੀ ਛੋਟੇ ਵਾਂਗੂ ਜੜਤਾ ਸੀ, ਤਾਂ ਸਾਡੀ ਕਮੀਜ਼ ਫਿਰ ਵੀ ਮਗਰ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਦੱਸਾਂਗੇ ਵੀ ਤੁਸੀਂ ਕਿੰਨੀ ਪਿੱਛੇ ਰੱਖ ਲੈਂਦੇ ਹੋ ਬਾਂਹ, ਜਾਂ ਜਿਹੜੀ ਸਿਲਾਈ ਮੂਹਰੇ ਰੱਖਣੀ ਹੈ ਤੇ ਬਾਂਹ ਦੀ ਕਿੰਨੀ ਰੱਖਣੀ ਹੈ, ਜਾਂ ਜਿਹੜੀ ਉੱਪਰ ਆਪਣੇ ਮੋਢੇ ਸ਼ੋਲਡਰ ਦੀ ਸਿਲਾਈ ਹੁੰਦੀ ਹੈ ਉਹ ਤੁਸੀਂ ਜਾ ਕੇ ਟੋਕ ਨਾਲ ਮਿਲਾ ਦਿੰਦੇ ਹੋ, ਉਹਨੂੰ ਹੀ ਮਿਲੇ ਹੋਏਗੀ। ਆਪਣੀ ਜਿਹੜੀ ਪਿੱਛੇ ਆਪਣਾ ਤੀਰੇ ਦੇ ਹਿਸਾਬ ਨਾਲ ਪਾਇਆ ਹੁੰਦਾ ਹੈਗਾ, ਤੀਰੇ ਦੀ ਟੋਕ ਲੱਗੀ ਹੁੰਦੀ ਆ, ਉਹ ਟੋਕ ਮਿਲਾਉਣੀ ਆ, ਉਹ ਕਿਵੇਂ ਮਿਲਾਉਣੀ ਆ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦਿਆ ਕਰੋ, ਲਾਈਕ ਵੀ ਕਰਦਿਆ ਕਰੋ, ਤੇ ਨਾਲ ਲੱਗੇ ਬੈਲ ਦੇ ਬਟਨ ਨੂੰ ਵੀ ਦੱਬਦਿਆ ਕਰੋ, ਤੇ ਨਾਲ ਸਾਡੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਜ਼ਰੂਰ ਕਰਦਿਆ। ਹਾਂਜੀ, ਆਪਣੇ ਕੋਲ ਇਹ ਕਮੀਜ਼ ਤਿਆਰ ਕੀਤੀ ਹੋਈ ਹੈ, ਸਾਈਡ ਸਿਲਾਈ ਪਾਈ ਹੋਈ ਹੈ, ਤੁਹਾਨੂੰ ਸਾਰੀ ਇਹ ਵੀਡੀਓ ਦੇ ਵਿੱਚ ਕੀ ਦੱਸੀ ਹੋਈ ਹੈ ਵੀ ਆਪਾਂ ਨੇ ਕਿਵੇਂ ਸਿਲਾਈ ਪਾਈ ਹੈ, ਕਿਵੇਂ ਹੁਣ ਆਪਣੇ ਕੰਧਾ ਜੋੜੀ ਕਰੀ ਸੀ, ਹੁਣ ਆਪਣੇ ਮੋਢਾ ਜੜਨਾ। ਆਹ ਦੇਖੋ, ਮੋਢੇ ਦੀ ਜਿਹੜੀ ਚੀਜ਼ ਹੈ ਤੁਹਾਨੂੰ ਉੱਥੇ ਦੱਸੀ ਸੀ ਵੀ ਇਹ ਸਾਈਡ ਸਿਲਾਈ ਪਾਉਣ ਤੋਂ ਆਹ ਨੀਚੇ ਆ ਗਿਆ, ਇੱਧਰੋਂ ਆਪਣਾ ਜਿਹੜਾ ਤੀਰਾ ਆਪਣੇ ਵੱਧਵਾ ਹੁੰਦਾ ਹੈਗਾ, ਆਹ ਦੇਖੋ ਆਹ ਤੀਰਾ ਆਪਣਾ ਇਹ ਇੰਨਾ ਵੱਧਵਾ, ਇੰਨਾ ਤੁਹਾਨੂੰ ਇਹ ਟੱਕ ਲਾ ਕੇ ਦੱਸਾਂਗੇ। ਪਹਿਲਾਂ ਤੁਹਾਨੂੰ ਇਸ ਕਰਕੇ ਦਿਖਾਉਣਾ ਵੀ ਆਪਣੀ ਸਿਲਾਈ ਹੈ ਜਿਹੜੀ ਆਹ ਤੇ ਗਈ ਅੰਗੂਠੇ ਵਾਲੀ ਥਾਂ ਤੇ, ਤੇ ਤੀਰੇ ਦੀ ਸਿਲਾਈ ਹੈ ਜਿਹੜੀ ਇੱਥੇ ਜਾਊਗੀ, ਆਹ ਥਾਂ ਤੇ ਜਾਊਗੀ। ਆਓ ਪਹਿਲਾਂ ਤੁਹਾਨੂੰ ਆਪਾਂ ਨੇ ਜਿਹੜੀ ਇਹ ਵਾਧ ਘਾਟ ਹੈ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਆਪਾਂ ਨੇ ਉਹ ਕਰਨੀ ਹੈ। ਤੇ ਇੱਕ ਸਭ ਤੋਂ ਜ਼ਰੂਰੀ ਇਹ ਹੁੰਦੀ ਹੈ ਵੀ ਜਿਹੜੀ ਆਪਣੀ ਬਾਂਹ ਦੀ ਆਹ ਛਾਂਟ ਹੈ ਆਹ ਜ਼ਰੂਰ ਪਾਉਣੀ ਜ਼ਰੂਰੀ ਹੁੰਦੀ ਹੈ। ਇਹ ਕਈ ਭੈਣਾਂ ਦੇ ਪਾਸੇ ਥੋੜ੍ਹੀ ਜਿਹੀ ਬਲ ਨੇ ਤਿਰਛੀ ਵੀ ਆਪਾਂ ਨੇ ਛਾਂਟ ਪਾ ਤੀ, ਇਹ ਛਾਂਟ ਜ਼ਰੂਰੀ ਹੈ। ਆਹ ਦੇਖੋ ਆਹ ਛਾਂਟ ਆ ਜਿਹੜੀ, ਇਹਨੂੰ ਪੂਰੀ ਪ੍ਰੋਪਰ ਛਾਂਟ ਪਾਇਆ ਕਰੋ, ਆਹ ਚੀਜ਼ ਆਹ ਜਿਹੜੀ ਹੁਣ ਇਹਨੂੰ ਪ੍ਰੋਪਰ ਛਾਂਟ ਪਾਇਆ ਕਰੋ ਪੂਰੀ, ਫਿਰ ਬਾਂਹ ਦੀ ਜਿਹੜੀ ਆਪਣੀ ਉਧਰਲੀ ਸ਼ੇਪ ਆ ਫਿਰ ਬਣਦੀ ਹੈ। ਤੇ ਹੁਣ ਜਿਹੜਾ ਮੋਟਾ ਆਪਾਂ ਨੇ ਆਹ ਦੇਖੋ ਆਪਣਾ ਉਵੇਂ ਵੱਧਦਾ, ਆਪਣੀ ਸਿਲਾਈ ਆ ਪਿੱਛੇ ਹਟ ਜਾਂਦੀ ਹੈਗੀ, ਤਾਂ ਇਹਨੂੰ ਆਪਾਂ ਜਦੋਂ ਮਿਲਾਵਾਂਗੇ ਇੱਥੇ ਧਰਾਂਗੇ ਆਹ ਇਹਦੇ ਨਾਲ, ਤੇ ਇੱਧਰੋਂ ਆਪਾਂ ਇਹਨੂੰ ਆਹ ਜਿਹੜਾ ਮੋਟਾ ਇਹ ਹਮੇਸ਼ਾ ਵਾਸਤੇ ਖਿੱਚ ਕੇ ਜਿਹੜਾ ਜਾਂਦਾ ਹੁੰਦਾ ਜਿਹੜਾ ਕਮੀਜ਼ ਦਾ ਮੋਟਾ, ਆਹ ਦੇਖੋ ਇਹ ਮੋਟਾ ਪੂਰਾ ਆਊਗਾ, ਬਿਲਕੁਲ ਪੂਰਾ ਆਊਗਾ, ਕਿਉਂਕਿ ਇਹ ਅੱਧਾ ਇੰਚ ਘੱਟਦਾ, ਅੱਧਾ ਇੰਚ ਸਿਲਾਈ ਇਹ ਮੂਹਰੇ ਆਊ। ਇਹ ਨਹੀਂ ਜਿਹੜੀ ਆਪਾਂ ਨੇ ਹੁਣ ਆਹ ਚੀਜ਼ ਹੈ, ਆਹ ਦੇਖੋ ਆਪਣੇ ਕੋਲ ਆਹ ਵਾਧ ਘਾਟ ਹੈ, ਇਹਨੂੰ ਆਪਾਂ ਨੇ ਲਾ ਦੇਣੀ ਹੈ ਨਾਲੋਂ, ਜਿਹੜੀ ਮਾੜੀ ਮੋਟੀ ਇਹਦੀ ਹੈ ਇਹਨੂੰ ਵੀ ਆਪਣੇ ਮਾੜੀ ਮੋਟੀ ਉਤਰੂ ਇਹਦੀ ਅੱਧੇ ਸੂਤ ਦੇ ਹਿਸਾਬ ਨਾਲ ਹੀ, ਬਸ ਸਫਾਈ ਕਰਨ ਵਾਸਤੇ ਇਹਨੂੰ। ਆਹ ਦੇਖੋ ਹੁਣ ਆਪਾਂ ਨਾ ਇੱਧਰੋਂ ਆਪਣਾ ਤਿਰਾ ਵੱਧ ਗਿਆ, ਇੰਨੀ ਜਿੰਨੀ ਆਪਣੀ ਸਿਉਣ ਵਧਣੀ ਹੈ ਇਹ ਜਮਾਂ ਬਿਲਕੁਲ ਬਰਾਬਰ ਆ ਗਿਆ ਦੇਖੋ। ਤਾਂ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਗਾ, ਜਿਹੜੀ ਆਪਾਂ ਨੇ ਆਪਾਂ ਤੀਰੀ ਵਾਲੀ ਤੁਹਾਨੂੰ ਦੱਸੀ ਸੀ ਵੀ ਆਪਾਂ ਇੱਥੇ ਟੱਕ ਲਾਵਾਂਗੇ, ਇਹ ਆਹ ਟੱਕ ਜਿਹੜਾ ਇਸ ਟੱਕ ਦੇ ਨਾਲ ਮਿਲੂਗਾ, ਕਿ ਆਪਣਾ ਜਿਹੜਾ ਆਹ ਟੱਕ ਹੈ
ਉਧਰੋਂ ਬਾਂਹ ਦਾ ਆਪਣਾ ਟੱਕ ਹੈਗਾ ਆਹ ਚੀਜ਼ ਨੂੰ, ਜਿਹੜੀ ਸਿਉਣ ਆ ਉਹ ਅੱਧਾ ਇੰਚ ਵਾਂਗੂ ਮੂਹਰੇ ਵਗ ਜੂ, ਅਤੇ ਜਿਹੜੀ ਆਪਣੀ ਕਮੀਜ਼ ਦੀ ਆ ਆਹ ਮੂਹਰਲੀ, ਤਾਂ ਤੁਸੀਂ ਇਹਨੂੰ ਐਂ ਬਰਾਬਰ ਕਰ ਲਓ, ਜੇ ਤੁਹਾਡੇ ਨਹੀਂ ਹਿਸਾਬ ਚਾਹੁੰਦਾ ਨਾ ਖਿੱਚ ਕੇ ਬਰਾਬਰ ਕਰ ਲਓ, ਤਾਂ ਇਹਦੀ ਟੋਕ ਆਪਣੇ ਉਰੇ ਲਾ ਲਈ ਆਹ ਤਾਂ। ਹੁਣ ਜਿਹੜੀ ਆਪਾਂ ਬਾਂਹ ਦੀ ਜਿਹੜੀ ਸਿਲਾਈ ਆਊਗੀ ਆਪਣੀ ਆਹ ਟੋਕ 'ਤੇ ਆਊ, ਸਿਉਣ ਆਪਣੀ ਆ ਰਹੇਗੀ, ਇੱਥੋਂ ਇਹ ਸਾਈਡ ਆਹ ਸਾਈਡ ਵਾਲੀ ਸਿਲਾਈ ਹੈ, ਇੱਥੋਂ ਆਪਣੇ ਬਾਂਹ ਧਰਾਂਗੇ, ਇੱਧਰੋਂ ਆਪਣੀ ਉੱਪਰ ਜਮ੍ਹਾਂ ਮੋਢੇ ਵਾਲੀ ਜਿਹੜੀ ਸਿਲਾਈ ਹੈ, ਉੱਪਰ ਜਮ੍ਹਾਂ ਟੱਕ ਨਾ ਟੱਕ ਜਿਹੜੀ ਆਪਣੀ ਕਰੀਜ਼ ਆਉਂਦੀ ਹੈ ਬਾਂਹ ਦੀ, ਉਹ ਮਿਲੂਗੀ ਇੱਥੇ ਆ ਕੇ। ਇਸੇ ਤਰ੍ਹਾਂ ਹੀ ਆਪਾਂ ਨੇ ਇਸ ਮੋਢੇ ਨੂੰ ਛਾਂਟ ਲੈਣਾ, ਆਹ ਦੇਖੋ ਆਹ ਜਿਹੜਾ ਵਾਧ ਘਾਟ ਆ, ਆਹ ਚੀਜ਼ ਟੋਕ ਹੈ ਵਾਧ ਘਾਟ ਹੈ, ਇਹਨੂੰ ਇੱਥੋਂ ਆਹ ਝਾੜ ਦਿਆ ਕਰੋ, ਕੋਈ ਉਹ ਨਹੀਂ ਹੁੰਦਾ। ਹਾਂਜੀ, ਹੁਣ ਆਪਾਂ ਮੋਢਾ ਜੜਨਾ ਸ਼ੁਰੂ ਕਰਦੇ ਹਾਂ। ਮੋਢਾ ਜੜਨਾ ਕਿਸ ਤਰ੍ਹਾਂ, ਪਹਿਲਾਂ ਆਪਾਂ ਨੇ ਮੋਢਾ ਫੜ ਲੈਣਾ ਕਮੀਜ਼ ਦਾ, ਆਹ ਦੇਖੋ ਆਹ ਚੀਜ਼ ਆਪਾਂ ਨੇ ਦਿਖਾਉਣੀ ਹੈ ਤੁਹਾਨੂੰ, ਆਹ ਬੈਕ ਵਾਲਾ ਪਾਸਾ, ਆਹ ਫਰੰਟ ਵਾਲਾ ਪਾਸਾ, ਜਿਹੜੀ ਕਮੀਜ਼ ਦੀ ਸਿਲਾਈ ਆ ਉਹ ਬੈਕ ਵਾਲੇ ਪਾਸੇ ਉਲਟੂ, ਇਹਨੂੰ ਇੱਧਰਲੀ ਸਾਈਡ। ਹੁਣ ਆਪਾਂ ਬਾਂਹ ਦੀ ਜਿਹੜੀ ਸਿਲਾਈ ਆ, ਆਹ ਦੇਖੋ ਆਪਣੇ ਕੋਲ ਬਾਂਹ ਦੀ ਆਹ ਸਿਲਾਈ ਆ ਗਈ, ਆਹ ਮੂਹਰਲਾ ਪਾਸਾ ਆ ਗਿਆ, ਇਹਨੂੰ ਜਿਹੜੀ ਬਾਂਹ ਦੀ ਸਿਲਾਈ ਆ ਉਹ ਮੂਹਰਲੇ ਪਾਸੇ, ਦੋਨੇ ਸਿਉਣਾ ਇੱਕ ਪਾਸੇ ਕਦੇ ਨਹੀਂ ਉਲਟਾਉਣੀਆਂ, ਬੈਕ ਕਮੀਜ਼ ਦੀ ਮਗਰ ਬਾਂਹ ਦੀ ਮੂਹਰੇ। ਹੁਣ ਆਪਾਂ ਨੇ ਕੀ ਕਰਨਾ, ਉਵੇਂ ਤੁਹਾਨੂੰ ਦੱਸਿਆ ਸੀਗਾ ਵੀ ਦੇਖੋ ਆਹ ਨਿਸ਼ਾਨ ਲੱਗਿਆ ਹੋਇਆ ਆਪਣੇ ਕੋਲ, ਬਾਂਹ ਦੀ ਜਿਹੜੀ ਸਿਲਾਈ ਆ ਆਪਾਂ ਨੇ ਬਿਲਕੁਲ ਆਪਣੇ ਆਹ ਨਿਸ਼ਾਨ 'ਤੇ ਲਿਆਉਣੀ ਆ, ਦੇਖੋ ਆਹ ਨਿਸ਼ਾਨ ਸਿਲਾਈ 'ਤੇ ਨਿਸ਼ਾਨ ਇੱਕ ਨੇ, ਆਹ ਕਮੀਜ਼ ਦੀ ਸਿਲਾਈ ਆਹ 'ਤੇ, ਬਾਂਹ ਦੀ ਸਿਲਾਈ ਆਹ 'ਤੇ, ਅਤੇ ਆਪਣੇ ਕੋਲ ਆਹ ਨਿਸ਼ਾਨ ਲੱਗਿਆ ਹੋਇਆ ਜਿੰਨੀ ਮੂਹਰੇ ਆਪਾਂ ਨੇ ਸਿਲਾਈ ਕੱਢਣੀ ਹੈ। ਜਿਹੜਾ ਆਪਣਾ ਕਮੀਜ਼ ਦਾ ਮੋਢਾ, ਇਹ ਆਪਣੇ ਬਾਂਹ ਦਾ ਮੋਢਾ ਆਪਣੇ ਥੱਲੇ ਧਰਿਆ ਹੋਇਆ ਹੈਗਾ, ਕਮੀਜ਼ ਵਾਲਾ ਮੋਢਾ ਜਿਹੜਾ ਇਹ ਆਪਣੇ ਥੋੜਾ ਥੋੜਾ ਸਹਾਰ ਕੇ ਲਾਉਣਾ ਖਿੱਚ ਕੇ, ਆਹ ਦੇਖੋ ਆਹ ਆਪਣੀ ਜਿਹੜੀ ਟੋਕ ਹੈ ਉੱਪਰਲੀ ਸ਼ੋਲਡਰ ਵਾਲੀ, ਜਿਹੜਾ ਆਪਾਂ ਤੀਰਾ ਬਣਾਇਆ ਹੁੰਦਾ ਵੀ ਸਿਉਣ ਮੂਹਰੇ ਕੱਢਣੀ ਹੈ, ਆਹ ਬਾਂਹ ਦੀ ਟੋਕ ਆ ਗਈ, ਇਹਨੂੰ ਹੁਣ ਆਪਾਂ ਟੋਕ ਦੇ ਨਾਲ ਟੋਕ ਮਿਲਾ ਦਿੰਦੇ ਹਾਂ। ਆਹ ਦੇਖੋ ਆ ਕੇ ਟੋਕ ਦੇ ਨਾਲ ਟੋਕ ਮਿਲ ਗਈ। ਹੁਣ ਆਪਾਂ ਇਹ ਬੈਕ ਵਾਲੀ ਸਾਈਡ ਚਲੇ ਗਏ, ਮੂਹਰੋਂ ਫਰੰਟ ਵਾਲੇ ਪਾਸੋਂ ਆਪਣੇ ਮੋਢਾ ਜੜ ਕੇ ਲਿਆਂਦਾ।
ਆਪਣੇ ਇਹ ਮੋਢਾ ਹੁਣ ਮੋਢੇ ਨੂੰ ਦੇਖਣ ਨੂੰ ਤੁਸੀਂ ਆਪਣੇ ਆਹ ਸਹਾਰ ਕੇ ਲਾਇਆ, ਇੱਧਰਲੇ ਪਾਸੇ ਆਪਣਾ ਜੇ ਵੀ ਢਿੱਲ ਹੈ ਇਹਨੂੰ ਆਪਾਂ ਜਦੋਂ ਉਲਟਾ ਲਿਆ ਹੁਣ ਮੋਢਾ ਉਲਟਾਉਂਦੇ ਹਾਂ, ਜਦੋਂ ਆਪਾਂ ਨੇ ਇਹਦੇ ਉੱਤੇ ਪ੍ਰੈਸ ਮਾਰਤੀ ਆ, ਦੇਖੋ ਜਦੋਂ ਆਪਾਂ ਪ੍ਰੈਸ ਮਾਰਾਂਗੇ ਜਮਾਂ ਬਿਲਕੁਲ ਮੋਢਾ ਬਹਿ ਜੂਗਾ, ਇਹ ਐਂ ਪੂਰੀ ਗੁਲਾਈ ਨਾਲ ਮੋਢਾ ਬੈਠੂਗਾ। ਤੁਸੀਂ ਇਹ ਨਹੀਂ ਨਾ ਸੋਚਿਆ ਕਰੋ ਵੀ ਇੱਥੇ ਆਹ ਮਾੜੀ ਮਾੜੀ ਆਪਣੀ ਢਿੱਲ ਆ ਗਈ, ਕਿਉਂਕਿ ਆਪਣੇ ਮੋਢਾ ਖਿੱਚ ਕੇ ਜੜਿਆ ਹੋਇਆ। ਜੇ ਬਾਂਹ ਦਾ ਮੋਢਾ ਖਿੱਚ ਕੇ ਜੜ ਦਿਆਂਗੇ ਕਮੀਜ਼ ਦੇ ਮੋਢੇ ਵਾਲੇ ਪਾਸੇ ਬਲ ਪੈ ਗਏ, ਕਿਤੇ ਨਹੀਂ ਨਿਕਲਣਗੇ। ਜਿਹੜੀ ਆਪਾਂ ਨੇ ਆਹ ਮਾੜੀ 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 ਖਿੱਚੀ ਹੋਈ ਹੈ ਇਹ ਬਿਲਕੁਲ ਸਾਫ਼ ਹੋ ਜੂ ਆਪਣੇ ਪ੍ਰੈਸ ਮਾਰਤੀ। ਜਦੋਂ ਵੀ ਹਮੇਸ਼ਾ ਵਾਸਤੇ ਬਾਂਹ ਦਾ ਮੋਢਾ ਬਾਂਹ ਥੱਲੇ ਕਮੀਜ਼ ਉੱਪਰ ਤੇ ਕਮੀਜ਼ ਵਾਲਾ ਮੋਢਾ ਸਹਾਰ ਕੇ ਜੜੋ, ਖਿੱਚ ਕੇ ਜੜੋ ਮਾੜਾ ਮਾੜਾ। ਤੇ ਇਹਨੂੰ ਸਾਰੀ ਸਿਲਾਈ ਨੂੰ ਡਬਲ ਕਰੋ। ਹੁਣ ਆਪਾਂ ਇਹਨੂੰ ਇਹ ਸਿਲਾਈ ਨੂੰ ਡਬਲ ਕਰਦੇ ਹਾਂ।